ਜਾ ਰਹੇ ਪੰਜਾਬੀਆਂ ਦੇ ਉੱਠੇ ਦੇ ਸ਼ਰਾਰਤੀ ਲੋਕਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀਆਂ ਘਟਨਾ ਦਿਨੋਂ ਦਿਨ ਵੱਧ ਰਹੀਆਂ ਹਨ। ਜਾਣਕਾਰੀ ਮੁਤਾਬਕ ਬੀਤੇ ਦਿਨੀ ਫਲੌਰ ਤੋਂ ਮਨੀਕਰਨ ਸਾਹਿਬ ਗਏ ਕੌਂਸਲਰ ਪਤੀ ਲਖਵਿੰਦਰ ਲੱਖੂ ਤੇ ਉਸਦੇ ਚਾਰ ਰਿਸ਼ਤੇਦਾਰਾਂ ਤੇ ਜਾਨਲੇਵਾ ਹਮਲਾ ਹੋਣ ਦੀ ਘਟਨਾ ਵਾਪਰੀ। ਲੱਖੂ ਨੇ ਦੱਸਿਆ ਕਿ ਮਨੀਕਰਨ ਸਾਹਿਬ ਨਜ਼ਦੀਕ ਗੱਡੀ ਖਰਾਬ ਹੋਣ ਕਰਕੇ ਉਹ ਸੜਕ ਤੇ ਹੀ ਰੁਕ ਗਏ ਸਨ। ਕਰੀਬ ਤੜਕੇ 3 ਵਜੇ ਦੇ 12 ਵਿਅਕਤੀਆਂ ਨੇ 3 ਔਰਤਾਂ ਵੱਲੋਂ ਉਹਨਾਂ ਤੇ ਹਮਲਾ ਬੋਲਦਿਆਂ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਬਾਹਰ ਨਿਕਲਦੇ ਸਾਰ ਹੀ ਦਾਤਰ ਅਤੇ ਡਾਂਗਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਸ ਦੀ 2 ਹਿੱਸਿਆਂ ਤੋਂ ਬਾਹਰ ਟੁੱਟ ਗਈ। ਉਸ ਦੇ ਸਾਥੀਆਂ ਵਿੱਚੋਂ 1 ਦੇ ਸਿਰ ਤੇ 1 ਦੇ ਮੋਢੇ ਤੇ ਦਾਤ ਮਾਰ ਕੇ ਜ਼ਖਮੀ ਕਰ ਦਿੱਤਾ। ਲੱਖੂ ਨੇ ਦੱਸਿਆ ਕਿ ਉਹਨਾਂ ਨੇ ਖੱਡ 'ਚ ਛਾਲਾ ਮਾਰ ਕੇ ਆਪਣੀ ਜਾਨ ਬਚਾਈ। ਕਿਸੇ ਢਾਬੇ ਦੀ ਮਦਦ ਨਾਲ ਪੁਲਿਸ ਬੁਲਾਈ, ਉਹਨਾਂ ਨੇ ਉੱਥੇ ਕਿਸੇ ਹਸਪਤਾਲ ਤੋਂ ਮੁੱਢਲੀ ਸਹਾਇਤਾ ਲਈ ਤੇ ਉੱਥੇ ਮੌਜੂਦ ਡਾਕਟਰ ਨੇ ਵੀ ਦੱਸਿਆ ਕਿ ਪੰਜਾਬੀਆਂ ਤੇ ਹੋ ਰਹੇ ਹਮਲੇ ਦਾ ਅੱਜ ਇਹ 4th ਕੇਸ ਸਾਡੇ ਕੋਲ ਆਇਆ ਹੈ। ਲੱਖੂ ਨੇ ਦੱਸਿਆ ਕਿ ਮਦਦ ਲਈ ਆਏ ਪੁਲਿਸ ਕਰਮਚਾਰੀਆਂ ਨੇ ਵੀ ਸਾਨੂੰ ਡਰਾਂ ਧਮਾ ਕੇ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਤੇ ਆਪਣੀ ਲਿਖੀ ਹੋਈ ਲਿਖਤ ਤੋਂ ਸਾਡੇ ਕੋਲੋਂ ਦਸਤਖਤ ਕਰਾ ਕੇ ਕੇਸ ਰਫਾ ਦਫਾ ਕਰਨ ਲਈ ਕਿਹਾ। ਸਾਡੇ ਕੋਲੋਂ ਪੈਸੇ ਵੀ ਵਸੂਲੇ, ਜਿਸ ਮਗਰੋਂ ਅਸੀਂ 8500 ਰੁਪਏ ਖਰਚ ਕਰਕੇ ਗੱਡੀ ਖੋ ਕੇ ਆਪਣੇ ਘਰ ਪਹੁੰਚੇ ਤੇ ਗੱਡੀ ਵਿੱਚ ਰੱਖੇ 20,000 ਰੁਪਇਆ ਵੀ ਗੈਬ ਸੀ। ਪਿਛਲੇ ਦਿਨੀ NRI ਜੋੜੇ ਤੇ ਹੋਏ ਹਮਲੇ ਦੇ ਸਬੰਧ ਵਿੱਚ ਮੈਂਬਰ ਚਰਨਜੀਤ ਚੰਨੀ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਤੇ ਹਿਮਾਚਲ ਦੇ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ, ਪਰ ਇਸ ਦੇ ਬਾਵਜੂਦ ਵੀ ਹਿਮਾਚਲ 'ਚ ਲਗਾਤਾਰ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਫਲੌਰ ਤੋਂ ਰਾਜਮਾ ਨੰਗਲ ਦੀ ਖਾਸ ਰਿਪੋਰਟ, ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਕੀ ਗੱਲਬਾਤ ਹੋਈ ਆ, ਕੀ ਨਾਂ ਤੁਹਾਡਾ? ਮੇਰਾ ਨਾਮ ਭਾਈ ਲਖਵਿੰਦਰ ਕੁਮਾਰ ਹੈ ਜੀ। ਹਾਂਜੀ, ਅਸੀਂ ਘੁੰਮਣ ਗਏ ਸੀਗੇ ਜੀ ਮਨੀਕਰਨ ਸਾਹਿਬ। ਠੀਕ ਹੈ ਜੀ। ਤੇ ਜਦੋਂ ਇੱਥੋਂ ਗਏ ਆ ਬੜੇ ਵਧੀਆ, ਤੇ ਉੱਥੇ ਖਾਣਾ ਖਾਧਾ ਜਾ ਕੇ ਅਸੀਂ 2:30 ਵਜ ਗਏ ਸ਼ਾਮ ਨੂੰ ਤੁਰੇ ਜੀ ਇੱਥੋਂ। ਠੀਕ ਹੈ। 2:30 ਵਜੇ ਜਾ ਕੇ ਅਸੀਂ ਉੱਥੇ ਖਾਣਾ ਖਾਧਾ ਜੀ। ਖਾਣਾ ਖਾਣ ਤੋਂ ਬਾਅਦ ਅਸੀਂ 10-15 ਮਿੰਟ ਬਾਅਦ ਤੁਰ ਪਏ ਜੀ ਉੱਥੋਂ। ਤੁਰ ਪਏ ਕਿਲੋਮੀਟਰ ਗਏ ਆ ਜੀ, ਸਾਡੀ ਗੱਡੀ ਖਰਾਬ ਹੋ ਗਈ। ਠੀਕ ਹੈ। ਗੱਡੀ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਵਿੱਚ ਉਹ ਪਤਾ ਨੀ ਕਿੱਥੋਂ ਨਿਕਲੇ ਆ, 3:00 ਵਜੇ ਜੀ ਬੰਦੇ ਜੰਗਲ ਚੋਂ ਨਿਕਲਦਿਆਂ ਨੇ ਉਹਨੇ ਸਾਡੀ ਗੱਡੀ ਭੰਨਣੀ ਸ਼ੁਰੂ ਕਰਤੀ। ਸ਼ੀਸ਼ੇ ਤੇ ਮਾਰੀ ਡਾਂਗ, ਮੋੜ ਤੇ ਮਾਰੀ, ਮਗਰੋਂ ਸਾਈਡ ਤੇ ਮਾਰੀ ਡਾਂਗ। ਜਦੋਂ ਰੌਲਾ ਜਿਹਾ ਸੁਣਿਆ ਤੇ ਅਸੀਂ ਫਟਾਫਟ ਬਾਹਰ ਨਿਕਲੇ ਜੀ। ਠੀਕ ਹੈ ਜੀ। ਉਹ ਬਾਹਰ ਨਿਕਲਦਿਆਂ ਹੀ ਉਹ ਸਾਡੇ ਡੰਡੇ ਮਾਰਨ ਲੱਗ ਪਏ, ਇੱਕ ਦੇ ਉਹਨੇ ਸਿਰ 'ਚ ਦਾਤ ਮਾਰਿਆ ਨਿਕਲਦੇ ਦੇ ਬਾਹਰ। ਠੀਕ ਹੈ। ਤੇ ਮੇਰੇ ਉਹ ਡਾਂਗਾ ਮਾਰਨ ਲੱਗ ਪਏ ਜੀ, ਬਾਂਹ ਤੇ ਮਾਰੀਆਂ, ਮੂੰਹ ਤੇ ਮਾਰੀ, ਲੱਤਾਂ 'ਚ ਮਾਰੀਆਂ ਜੀ, ਗਿਰ ਗਿਆ। ਫਿਰ ਨਾ ਇੱਕ ਦੇ ਦਾਤ ਮਾਰਿਆ, ਜਦੋਂ ਫਿਰ ਅਸੀਂ ਨੱਠੇ। ਠੀਕ ਹੈ। ਮੋਹਰੇ ਖੱਡ ਸੀ, ਅਸੀਂ ਖੱਡ 'ਚ ਹੀ ਛਾਲਾਂ ਮਾਰੀਆਂ ਨੱਠਦਿਆਂ। ਠੀਕ ਹੈ। ਆਪਣੀ ਜਾਨ ਬਚਾਉਣ ਲਈ। ਕਿੰਨੇ ਜਣੇ ਸੀ ਉਹ? ਉਹ ਸੀਗੇ 15-20 ਜਣੇ। ਕੁਛ ਨੀ ਦੱਸਿਆ ਜੀ,
ਵੀ ਕੀ ਹੋਇਆ ਕੀ ਨਹੀਂ ਹੋਇਆ, ਇਹ ਤਾਂ ਐਨ ਮਜ਼ੇ ਨਾਲ ਸੁੱਤੇ ਪਏ ਸੀ, ਅੱਖੇ ਹੀ ਲੱਗੀ ਸੀਗੀ ਜੀ। ਹਾਂ ਉਹਦੇ ਪਤਾ ਲੱਗਾ। ਟਾਈਮ ਕਿੰਨੇ ਵਜੇ ਦਾ ਸੀ? 3 ਵਜੇ ਦਾ ਸੀ ਰਾਤ। 3 ਵਜੇ ਓਕੇ ਓਕੇ। ਕਿੱਥੋਂ ਨਿਕਲੇ ਉਹ? ਖੜ ਚੋਂ ਨਿਕਲੇ? ਖੜ ਚੋਂ ਨਿਕਲੇ, ਜੰਗਲ ਚੋਂ ਜੀ ਉਹ। ਠੀਕ ਹੈ। ਲਿਓ ਫਟਾਫਟ ਚੜੇ ਆ, ਪਹਿਲਾਂ 2 ਜਣੇ ਆ ਜਾਂ ਡੰਡੇ ਮਾਲ। ਤੁਸੀਂ ਆਪਣੀ ਜਾਨ ਕਿੱਦਾਂ ਬਚਾਈ? ਅਸੀਂ ਭੱਜ ਕੇ ਬਚਾਈ, ਖੱਡ ਚ ਛਾਲ ਮਾਰੀ। ਹਾਂ ਜਦੋਂ ਦੇਖਿਆ ਵੀ ਪੱਥਰ ਮਾਰਨ ਲੱਗ ਪਿਆ, ਖੱਡ ਚ ਵੀ ਪੱਥਰ ਮਾਰਨ ਲੱਗ ਪਿਆ ਜੀ। ਠੀਕ ਹੈ ਜੀ। ਫਿਰ ਅਸੀਂ ਉੱਥੋਂ ਵੀ ਨੱਠੇ, ਨਿਕਲੇ ਫਟਾਫਟ ਸੈਡ ਸੈਡ ਤੋਂ ਨਿਕਲ ਗਏ। ਤਾਂ ਫਿਰ ਅਸੀਂ ਇੱਕ ਭੱਜ ਗਏ ਨਾ, ਕਿੱਡੀ ਦੂਰ ਢਾਬਾ ਸੀਗਾ। ਠੀਕ ਹੈ। ਫਿਰ ਅਸੀਂ ਢਾਬੇ ਤੇ ਗਏ ਜੀ। ਹਾਂ। ਫਿਰ ਉਹ ਢਾਬੇ ਵਾਲੇ ਨੇ ਸਾਨੂੰ ਹਲਦੀ ਪਾ ਕੇ ਦੁੱਧ ਪਿਲਾਇਆ, ਤੇ ਉਹਨੇ ਪੁਲਿਸ ਸੱਦੀ। ਠੀਕ ਹੈ ਜੀ। ਪੁਲਿਸ ਸੱਦੀ, ਫਿਰ ਉਹਨੇ ਐਂਬੂਲੈਂਸ ਵੀ ਸੱਦੀ ਜੀ, ਮੁੰਡੇ ਢਾਬੇ ਵਾਲੇ ਨੇ। ਠੀਕ ਹੈ। ਉਹ ਐਂਬੂਲੈਂਸ ਵਾਲੇ ਸਾਨੂੰ ਹਸਪੀਟਲ ਲੈ ਗਏ, ਜਾਨੂੰ ਪੁਲਿਸ ਵਾਲੇ ਕਹਿੰਦੇ ਤੁਸੀਂ ਇਲਾਜ ਕਰਾਓ, ਕੋਈ ਦੇਖਦੇ ਆ। ਠੀਕ ਹੈ। ਕੋਈ ਏਡੇ ਸਾਡੀ ਸੁਣਵਾਈ ਨਹੀਂ ਉੱਥੇ ਹੋਈ। ਅੱਛਾ ਅੱਛਾ। ਹਸਪੀਟਲ ਲਗਾਇਆ ਤੁਹਾਨੂੰ? ਲਗਾਇਆ ਜੀ, ਨਾ ਉਹਨੇ ਵੀ ਕੋਈ ਇਲਾਜ ਨਹੀਂ ਕੀਤਾ ਜੀ। ਜਿਹੜੇ ਨਾਲ ਤੁਹਾਡੇ ਮੁੰਡੇ, ਕਿੰਨੇ ਜਣੇ ਸੀਗੇ? ਅਸੀਂ ਸੀਗੇ 4-5 ਜਣੇ, 2 ਜਣੇ ਤਾਂ ਭੱਜ ਗਏ। ਜਦੋਂ ਕਿੱਥੇ ਕਿੱਥੇ ਰਹਿਣ? ਤੁਹਾਡੇ ਪਿੰਡ ਦੇ ਹੀ ਨਾਲ ਹੀ ਸੀ? ਜਲੰਧਰ ਦੇ ਸੀਗੇ। ਜਲੰਧਰ ਦੇ ਰਹਿਣ ਵਾਲੇ ਆ। ਉਹਨਾਂ ਦੇ ਵੀ ਲੱਗੀਆਂ ਸੱਟਾਂ? ਉਹਨਾਂ ਦੇ ਵੀ ਲੱਗੀਆਂ। ਜਿਹੜੇ ਮੁੰਡੇ ਨੌਜਵਾਨ ਘੁੰਮਣ ਜਾਂਦੇ ਆ ਹਿਮਾਚਲ ਦੇ ਵਿੱਚ, ਉਹਨਾਂ ਨੂੰ ਕੀ ਮੈਸੇਜ ਆ? ਉਹਨਾਂ ਨੂੰ ਇਹੀ ਮੈਸੇਜ ਆ ਵੀ ਭਾਜੀ ਵੀ ਆਪਣਾ ਬਚ ਬਚਾ ਕੇ ਜਾਓ, ਇੱਕ ਵਾਰੀ ਉਹਨਾਂ ਨੂੰ ਅਕਲ ਆਉਣੀ ਚਾਹੀਦੀ ਵੀ ਥੋੜਾ ਪਰਹੇਜ਼ ਕਰੋ ਇਸ ਕੰਮ ਤੋਂ ਨਾ। ਓਕੇ ਓਕੇ। ਇਹ ਸਭ ਦੇਖਦੇ ਵੀ ਨਹੀਂ ਹੁਣ ਤਾਂ ਬਾਹਲਾ ਇਹਨੇ ਕੰਮ ਫਲਿਆ। ਤੁਸੀਂ ਅਹੁਦੇ ਤੇ ਵੀ, ਤੁਹਾਡੀ ਵਾਈਫ ਅਹੁਦੇ ਤੇ? ਹਾਂਜੀ, ਕੌਂਸਲਰ ਹੈ। ਓਕੇ ਜੀ।